ਦੁਨੀਆ ਦੇ ਅੰਦਰ ਜਿੰਦਾ ਰਹਿ ਸਕਦਾ, ਪਰ ਰਹਿ ਨਹੀਂ ਪਾਇਆ। ਜੇ ਇਹ ਹੋ ਨਹੀਂ ਸਕਦਾ ਤੇ ਫਿਰ ਮੈਂ ਕਿਉਂ ਨਹੀਂ ਆਪਣੇ ਕੰਮ ਨੂੰ, ਆਪਣੀ ਕੌਮ ਨੂੰ, ਮਨੁੱਖਤਾ ਨੂੰ ਸਮਰਪਿਤ ਹੋ ਜਾਵਾਂ। ਜਦੋਂ ਜੀਂਦਾ ਰਹਿ ਨਹੀਂ ਸਕਦਾ, ਜੀਵਦਿਆਂ ਮਰ ਰਹੀ, ਆਪਣੇ ਆਪ ਨੂੰ ਜੀਂਦੇ ਜੀ ਮਰਿਆ ਹੋਇਆ ਸਮਝ ਕੇ ਕੌਮ ਨੂੰ ਸਮਰਪਿਤ ਨਾ ਕਿਉਂ ਹੋ ਜਾਵਾਂ, ਮਨੁੱਖਤਾ ਨੂੰ ਸਮਰਪਿਤ ਕਿਉਂ ਨਾ ਹੋ ਜਾਵਾਂ। ਜਦੋਂ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਤੇ ਅੱਜ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਹਾਂ। ਉਸ ਜਨਮ ਦਿਨ ਦੇ ਵਿੱਚੋਂ ਅਸੀਂ ਕੀ ਲੈ ਕੇ ਜਾਣਾ, ਇਹਨੂੰ ਸਮਝਣ ਦੀ ਲੋੜ ਹੈ। ਹੁਣੇ ਬੱਚੇ ਗੱਲ ਕਰਦੇ ਸੀ ਕਿ ਬਾਬਾ ਜੀ ਦਾ ਜਨਮ ਇੱਕ ਸਧਾਰਨ ਜੱਟ ਪਰਿਵਾਰ ਦੇ ਵਿੱਚ, ਉਹ ਪਿੰਡ ਹੈ, ਉਸ ਪਿੰਡ 'ਚ ਹੋਇਆ ਸੀ, ਭਾਈ ਭਗਤਾ ਅਤੇ ਮਾਤਾ ਜੀਵਨੀ ਦੇ ਗਲੇ, ਜਿਉਣੀ ਦੇ ਗਲੇ। ਇਹ ਇੱਕ ਪਿੰਡ ਦਾ ਜ਼ਿਮੀਂਦਾਰ ਪਰਿਵਾਰ ਸੀ ਜਿਹੜਾ ਖੇਤੀ ਕਰਦਾ ਸੀ, ਅਤੇ ਇਹ ਬਾਬਾ ਦੀਪ ਸਿੰਘ ਜੀ ਦਾ ਨਾਮ ਪਿੰਡ ਦੇ ਵਿੱਚ ਭਾਈ ਦੀਪਾ ਕਰਕੇ ਮਸ਼ਹੂਰ ਸੀਗਾ। ਪਿੰਡ ਦੀ ਧਰਮਸਾਲ ਜਾਣਾ, ਥੋੜ੍ਹੀ ਬਹੁਤੀ ਗੁਰਬਾਣੀ ਪੜ੍ਹਨੀ, ਪਿੰਡ ਦੇ ਗ੍ਰੰਥੀ ਦੇ ਕੋਲੋਂ ਗੁਰਮੁਖੀ ਸਿੱਖੀ ਅਤੇ ਪਿੰਡ ਦੇ ਲੋਕਾਂ ਦੀ ਸੇਵਾ ਕਰਨੀ। ਸਾਬੇ ਕਮਾਲ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਖਾਲਸਾ ਸਾਥ ਦਿੱਤਾ। 30 ਮਾਰਚ ਅਸੀਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹੁਣ ਇਹ 13 ਮਾਰਚ ਆ ਗਿਆ। ਅੰਗਰੇਜ਼ਾਂ ਨੇ 1852 ਦੇ ਵਿੱਚ ਗ੍ਰੇਗੋਰੀਅਨ ਕੈਲੰਡਰ ਨੂੰ ਬਰਾਬਰ ਕਰਨ ਦੇ ਲਈ ਤਰੀਕ ਬਦਲੀ ਸੀ, 9 ਦਿਨ ਅੱਗੇ ਕਰ ਦਿੱਤੀ ਸੀ, ਅਤੇ 4 ਦਿਨ ਇਸ ਕਰਕੇ ਫਰਕ ਪੈ ਗਿਆ ਕਿਉਂਕਿ ਗ੍ਰੇਗੋਰੀਅਨ ਕੈਲੰਡਰ ਪੂਰਾ ਨਹੀਂ, ਅਸਲ 365 ਦਿਨ ਦਾ ਸਾਲ ਹੁੰਦਾ। ਅਤੇ ਬਾਬਾ ਦੀਪ ਸਿੰਘ ਜੀ ਆਪਣੇ ਪਰਿਵਾਰ ਦੇ ਨਾਲ ਪਹਿਲੀ ਵਾਰੀ ਅਨੰਦਪੁਰ ਸਾਹਿਬ ਸੰਨ 1700 'ਚ ਗਏ ਸੀ। ਆਮ ਪਿੰਡਾਂ 'ਚ ਕੀ ਹੁੰਦਾ ਕਿ ਹੁਣ ਮੈਂ ਵੀ ਪਿੰਡ 'ਚ ਰਹਿੰਦਾ, ਕਣਕ ਬੀਜੀ ਹੋਈ ਹੈ ਅਤੇ ਹੁਣ ਮੈਨੂੰ ਕੋਈ ਬਹੁਤਾ ਕੰਮ ਨਹੀਂ ਹੈ। ਉਦੋਂ ਫਸਲ ਬੀਜ ਕੇ ਜਿਹੜੇ ਕਿਸਾਨ ਨੇ ਉਹ ਅਨੰਦਪੁਰ ਸਾਹਿਬ ਚਲੇ ਜਾਂਦੇ ਸੀ। ਲਗਭਗ ਜਨਵਰੀ ਦੇ ਮਹੀਨੇ ਵਿੱਚ ਭਾਈ ਭਗਤਾ ਜੀ, ਬਾਬਾ ਦੀਪ ਸਿੰਘ ਜੀ ਅਤੇ ਮਾਤਾ ਜੀਵਨੀ ਜੀ ਅਨੰਦਪੁਰ ਸਾਹਿਬ ਗਏ। ਉੱਥੇ ਦੇ ਜਾ ਕੇ ਠਾਠ-ਬਾਠ, ਉੱਥੇ ਦੀ ਰਹਿਣੀ ਸਹਿਣੀ, ਉੱਥੇ ਦਾ ਗੁਰਬਾਣੀ ਦਾ ਪ੍ਰਵਾਹ, ਉੱਥੇ ਦੇ ਨਿਹੰਗਾਂ ਦੇ ਗੱਤਕੇ, ਉੱਥੇ ਦੇ ਸ਼ੋਰਵੀਰਾਂ ਦੇ ਕਰਤੱਵ ਦੇਖ ਕੇ ਜਿਹੜਾ ਦੀਪਾ ਸੀ ਉਹ ਮੋਇਆ ਗਿਆ, ਗੁਰਬਾਣੀ ਪੜ੍ਹਨ ਲੱਗ ਪਿਆ, ਪਾਤਸ਼ਾਹ ਦੇ ਲਾਗੇ ਰਹਿਣ ਲੱਗ ਪਿਆ। ਹੋਲੇ ਮਹੱਲੇ ਵਾਲੇ ਦਿਨ ਤਾਂ ਫਿਰ ਬਿਲਕੁਲ ਹੀ, ਜਦੋਂ ਪਾਤਸ਼ਾਹ ਜੀ ਦੀ ਨਜ਼ਰ ਦੀਪੇ ਦੇਖੀ ਤਾਂ ਮੈਨੂੰ ਵਿਛਾਉਂਦਾ ਵੀ ਹੈ, ਕਹਿੰਦਾ ਜੀ ਆਉਂਦਾ ਤਾਂ ਹੈ ਪਰ ਜਿਹੋ ਜਿਹਾ ਤੁਹਾਡੇ ਸਿੱਖ ਕਰਤੱਵ ਦਿਖਾਉਂਦੇ ਨੇ ਇਹੋ ਜਿਹੇ ਨਹੀਂ ਕਰ ਸਕਦਾ। 3 ਮਹੀਨੇ ਬਾਅਦ ਤਿੰਨੋਂ ਹੀ ਦੀਪਾ, ਭਾਈ ਭਗਤਾ ਅਤੇ ਮਾਤਾ ਜੀ ਅੰਮ੍ਰਿਤ ਛਕਦੇ ਨੇ ਅਤੇ ਤਿੰਨੋਂ ਸਿੱਖ ਸੱਜਣ। ਦੀਪਾ ਨੌਜਵਾਨ ਜਿਹੜਾ 18 ਸਾਲ ਦਾ ਉਹ ਦੀਪ ਸਿੰਘ ਹੋ ਜਾਂਦਾ, ਭਗਤਾ ਭਾਈ ਭਗਤ ਸਿੰਘ ਹੋ ਜਾਂਦਾ ਅਤੇ ਮਾਤਾ ਜਿਉਣੀ ਜਿਹੜੀ ਉਹ ਜੀਵਨ ਕੌਰ ਬਣ ਜਾਂਦੀ ਹੈ। ਇੱਥੋਂ ਵਾਪਸ ਆਉਣ ਲੱਗਦੇ ਹੈ ਅਤੇ ਸਭ ਇੱਕ ਮਾਤ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪੁੱਛਦੇ ਕਿਉਂ ਭਾਈ ਦੀਪ ਸਿੰਘ ਤੂੰ ਵੀ ਪਿੰਡ ਜਾਣਾ ਹੈ? ਅਤੇ ਉਹ ਜਾਣਾ ਨਹੀਂ ਸੀ ਚਾਹੁੰਦਾ, ਅਧੀਨਗੀ ਨਾਲ ਕਹਿੰਦਾ ਸਾਹਿਬ ਆਪਦੀ ਮਰਜ਼ੀ ਹੈ। ਕਹਿੰਦੇ ਫਿਰ ਸਾਡੇ ਕੋਲ ਰਹਿ ਜਾ। 2 ਸਾਲ ਦੇ ਅੰਦਰ ਅੰਦਰ ਭਾਈ ਦੀਪ ਸਿੰਘ ਗੱਤਕੇ ਦਾ ਮਾਹਰ ਹੋ ਗਿਆ, ਨੇਜੇਬਾਜ਼ੀ ਦਾ ਮਾਹਰ ਹੋ ਗਿਆ, ਖੰਡਾ ਚਲਾਉਣ ਦਾ ਮਾਹਰ ਹੋ ਗਿਆ, ਤੀਰ ਅੰਦਾਜ਼ੀ ਦਾ ਮਾਹਰ ਹੋ ਗਿਆ, ਔਰ ਇੱਕ ਜਿਹੜਾ ਕਿਰਦਾਰ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਉਹ ਸੰਤ ਤੇ ਸਿਪਾਹੀ ਹੈ। ਸਿੱਖ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਗੁਰੂ ਘਰ ਤੋਂ ਪਹਿਲਾਂ, ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਜਿਹਨਾਂ ਲੋਕਾਂ ਦੇ ਕੋਲ ਪੀਰੀ ਹੈ ਉਹਨਾਂ ਕੋਲ ਮੀਰੀ ਹੈ। ਸਾਈ ਮੀਆਂ ਮੀਰ ਪੀਰ ਸੀ, ਭਗਤ ਕੋਲ ਮੀਰੀ ਹੈ ਸੀ। ਜਿਹਦੇ ਕੋਲ ਮੀਰੀ ਹੈ ਉਹ ਕੋਲ ਪੀਰੀ ਨਹੀਂ, ਜਿਹਦੇ ਕੋਲ ਪੀਰੀ ਹੈ ਉਹ ਕੋਲ ਮੀਰੀ ਨਹੀਂ ਹੈ। ਲੇਕਿਨ ਗੁਰੂ ਨਾਨਕ ਦੇ ਘਰ ਨੇ ਇਹ ਦੋਨੋਂ ਚੀਜ਼ਾਂ ਬਖਸ਼ ਕੇ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਅਹਿਸਾਨ ਕੀਤਾ ਹੈ। ਉਹ ਲੋਕ ਜਿਹੜੇ ਗੁਲਾਮੀ ਦੇ ਨਾਲ ਦੱਬੇ ਹੋਏ ਸੀ, ਉਹ ਲੋਕ ਜਿਹੜੇ ਇਹ ਕਹਿੰਦੇ ਸੀ ਕੰਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਾ ਪਕੜੀ, ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ